ਹਾਂਜੀ ਸਤਿ ਸ਼੍ਰੀ ਅਕਾਲ ਭਾਈ, ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਐਮ ਟੀ ਵੀ ਯੂਟਿਊਬ ਚੈਨਲ 'ਤੇ। ਦੋਸਤੋ, ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ ਜ਼ਿਲ੍ਹਾ ਮੋਗਾ ਤਹਿਸੀਲ, ਇਹਨੂੰ ਬਾਘਾ ਪੁਰਾਣਾ ਪੈਂਦੀ ਹੈ। ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇੱਦਾਂ ਦੀ ਵੀਡੀਓ ਬਣਾਉਣੀ ਹੋਵੇ, ਮੇਰੇ ਨਾਲ ਸੰਪਰਕ ਕਰ ਸਕਦਾ। ਮੇਰਾ ਮੋਬਾਈਲ ਨੰਬਰ 9415400968। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਭੈਣ ਭਰਾਵਾਂ ਨੂੰ ਰਿਕੁਐਸਟ ਹੈ, ਜਿਨ੍ਹਾਂ ਨੇ ਹਜੇ ਤੱਕ ਹੈਮਰ ਟੀਵੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਦਿਓ, ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ। ਦੋਸਤੋ, ਅੱਜ ਦੀ ਵੀਡੀਓ ਦੇ ਵਿੱਚ ਆ ਜਿਹੜਾ ਸਕਰੀਨ ਦੇ ਸਾਹਮਣੇ ਤੁਸੀਂ ਮਾਲ ਵੇਖ ਰਹੇ ਆ, ਸਾਰਾ ਮਾਲ ਹੀ ਸੇਲ ਆ, ਵਕਾਊ ਆ। ਦੋ ਜਰਸੀਆਂ, ਇੱਕ ਡੱਬੀ ਵੈੜ ਆ, ਇੱਕ ਆ ਤੋਕੜ ਗੱਬਣ, ਚੈੱਕ ਪਾਸ ਝੋਟੀ ਆ। ਇਨਫੋਰਮੇਸ਼ਨ ਲੈ ਦਾ ਨਾ, ਉਹ ਕਰਦੇ ਹਾਂ ਗੱਲਬਾਤ, ਦਿੰਦੇ ਹਾਂ ਪ੍ਰੋਪਰ ਸਾਰੀ ਇਨਫੋਰਮੇਸ਼ਨ ਲੈ ਕੇ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਨਾਮ ਤੇ ਹੋਗਿਆ? ਨਾਮ ਸ਼ਰਨਾ, ਪਿੰਡ ਲੰਗਿਆਣਾ, ਜ਼ਿਲ੍ਹਾ ਮੋਗਾ, ਤਹਿਸੀਲ ਬਾਘਾ ਪੁਰਾਣਾ। ਚਾਰ ਪਸ਼ੂ ਵਕਾਊਆ? ਹਾਂਜੀ, ਚਾਰ ਪੰਜ ਹੀ ਆ ਬਾਈ। ਪੰਜ ਹੀ ਆ? ਹਾਂਜੀ। ਫੋਨ ਨੰਬਰ ਦੱਸ ਦੇ। 9988568168। ਕਿੰਨਵਾਂ ਸੂਆ? ਇਹ ਤਾਂ ਪਹਿਲਾ ਸੂਆ ਬਈ, ਮਗਰ ਕੱਟੀ ਆ, 6 ਕਿਲੋ ਦੁੱਧ। ਠੀਕ ਹੈ। ਹਾਂਜੀ ਹਾਂਜੀ। ਕਿੰਨੇ ਦੀ ਜਾਇਜ਼ ਆ ਮੁੱਲ? ਇਹਦਾ 52,000 ਦੀ ਦੇ ਦੇਵਾਂਗੇ। ਕੱਢੀਏ ਬਾਹਰ ਨੂੰ। ਦੋਸਤੋ, 6 ਕਿਲੋ ਦੁੱਧ ਹੈ, ਮਗਰ ਇਹਦੇ ਕੱਟੀ ਆ, ਤੋਰ ਛਰਨੇ 52,000 ਦੀ ਬਾਈ ਕਹਿੰਦਾ ਦੇ ਦੇਣੀ ਆ। ਪਸ਼ੂ ਜ਼ਿਆਦੇ ਫਿਰ ਵੀਡੀਓ ਲੰਮੀ ਹੋ ਜੂਗੀ। ਤੋਰ ਕੇ ਰਾ ਮੇਰਾ ਸ਼ੇਰ। 6 ਕਿਲੋ ਦੁੱਧ ਹੈ, 52,000 ਚੋਂ ਬਾਈ ਕਹਿੰਦਾ ਮਾਣ ਤਾਣ ਕਰ ਦੂੰਗਾ। ਮੋੜ ਲਿਆ ਬਾਈ, ਆ ਲੱਤ ਜੀ ਕਿਵੇਂ ਝਣਕਦੀ ਆ? ਠੀਕ ਹੈ, ਸਹੀ ਆ। ਦੁੱਧ ਪੂਰਾ? ਹਾਂ, ਦੁੱਧ ਪੂਰਾ। ਠੀਕ ਹੈ ਬਾਈ। ਦੋਸਤੋ, 6 ਕਿਲੋ ਦੁੱਧ ਹੈ, ਮਗਰ ਕੱਟੀ ਆ, 3 ਕਿਲੋ ਸਵੇਰ, 3 ਕਿਲੋ ਸ਼ਾਮ ਨੂੰ, ਜਿਹਦੇ ਪਸੰਦ ਆਊਗੀ ਭਾਵੇਂ 2 ਟਾਈਮ ਭਾਵੇਂ 3 ਟਾਈਮ, ਬਾਈ ਕਹਿੰਦਾ ਅਗਲਾ ਚੋ ਕੇ ਲੈ ਜੇ। 52,000 ਮੁੱਲ ਆ, ਮੁੱਲ 52,000 ਆ, ਮਗਰ ਇਹਦੇ ਕੱਟੀ ਆ। ਵੀਡੀਓ ਬਣਾਉਣ ਦਾ ਸਮਾਂ 10:45 ਦਾ, 9:47 ਹੋ ਗਏ, 10 ਹੀ ਮੰਨ ਲਓ ਤੁਸੀਂ, 10 ਵਜੇ 'ਚ ਅਜੇ 13 ਮਿੰਟ ਪਏ ਆ। ਸ਼ਾਮ ਤੱਕ ਰਵਾਨਾ ਦੁੱਧ ਨਾ ਭਰ ਲੈਣਾ। 2 ਨੰਬਰ 'ਤੇ ਆਇਆ ਸ਼ਰ ਨੇ? 2 ਨੰਬਰ ਭਾਈ ਹੈਗੀ ਆ 3 ਮਹੀਨੇ ਅਤੇ 15 ਦਿਨਾਂ ਦੀ ਗੱਭਣ। ਠੀਕ ਹੈ। ਅਤੇ 7 ਕਿਲੋ ਦੁੱਧ ਆ ਕੰਡੇ ਵਾਲਾ। 3 ਮਹੀਨੇ ਅਤੇ 15 ਦਿਨਾਂ ਦੀ? ਹਾਂਜੀ ਹਾਂਜੀ। ਠੀਕ ਹੈ, 7 ਕਿਲੋ ਦੁੱਧ ਹੈ। ਹਾਂਜੀ ਹਾਂਜੀ। ਮੁੱਲ ਇਹਦਾ? ਮੁੱਲ ਇਹਦਾ ਹੈਗਾ ਵਾ 33,000 ਦੀ ਦੇ ਦੇਵਾਂਗੇ। 33,000 ਦੀ ਦੇ ਦੇਣੀ ਆ, 7 ਕਿਲੋ ਦੁੱਧ ਹੈ, 3 ਮਹੀਨੇ 15 ਦਿਨਾਂ ਦੀ ਗੱਭਣ, ਚੈੱਕ ਪਾਸ ਹੈ, ਜਿਹਦੇ ਪਸੰਦ ਆਊਗੀ। ਹਰੇਕ ਵੀਡੀਓ 'ਚ ਭਰਾਵੋ ਵਾਰ ਵਾਰ ਕਹੀਦਾ ਕਿ ਜੇ ਸੂਆ ਸਵਾਇਆ ਪਸ਼ੂ ਆ, ਚੋ ਕੇ ਲੈ ਜਾ ਕਰੋ 2 ਟਾਈਮ ਭਾਵੇਂ 3 ਟਾਈਮ, ਅਤੇ ਜੇ ਗੱਭਣ ਪਸ਼ੂ ਆ, ਤੋਕੜ ਗੱਭਣ ਆ, ਤਾਂ ਅਗਲਾ ਆਪਦਾ ਡਾਕਟਰ ਲਿਆਵੇ, ਚੈੱਕ ਕਰਾ ਕੇ ਲੈ ਜੇ। ਵਜਨ ਵੁਜਨ ਬਹੁਤ ਹੈ, ਮੱਝਾਂ ਵਰਗਾ ਪਿੱਠ ਪੁੜਾ, 7 ਕਿਲੋ ਦੁੱਧ, 3 ਮਹੀਨੇ 15 ਦਿਨਾਂ ਦੀ ਗੱਭਣ, ਚੈੱਕ ਪਾਸ, ਸੋਹਣੀ ਵੈੜ ਹੈ। 33,000 ਮੁੱਲ ਆ ਬਾਈ ਕਹਿੰਦਾ, ਮਾਣ ਤਾਣ ਹੋਜੂ, ਥਣ ਸੋਹਣੇ ਆ, ਹਾਥੀ ਚਵਾਈ ਵਾਲੇ ਗੈਪ 'ਚ ਲੱਗੇ ਹੋਏ ਆ। 7 ਕਿਲੋ ਦੁੱਧ ਹੈ, 2 ਟਾਈਮ ਭਾਵੇਂ 4 ਟਾਈਮ ਅਗਲਾ ਦੁੱਧ ਕੰਡੇ 'ਤੇ ਜੋਕ ਕੇ ਲੈ ਜੇ। 7 ਕਿਲੋ ਦੁੱਧ ਹੈ, 3 ਮਹੀਨੇ 15 ਦਿਨਾਂ ਦੀ ਗੱਭਣ, ਚੈੱਕ ਪਾਸ, ਸੀਲ ਸਾਊ, ਬਾਈ ਕਹਿੰਦਾ ਫੁੱਲ ਹੈ, ਭਾਵਾਂ ਜਵਾਕ ਚੋਲਣ, ਭਾਵਾਂ ਬੁੜੀਆਂ ਚੋਲਣ, ਬਾਕੀ ਸੂਈ ਸਵਾਈ ਹੈਗੀ ਆ। ਅਗਲਾ ਸੁਬਾਹ ਵੀ 6 ਵਜੇ ਚੋਲੇ, ਸ਼ਾਮ ਨੂੰ ਫਿਰ 6 ਵਜੇ ਚੋਲੇ, ਅਗਲੇ ਦਿਨ ਫਿਰ 6 ਵਜੇ ਚੋਲੇ, ਆਪਦੀ ਰੀਝ ਨਾਲ ਤਸੱਲੀ ਕਰਕੇ ਲੈ ਜੇ, ਕਿਉਂਕਿ ਤੁਸੀਂ ਪੈਸੇ ਲਾਉਣੇ ਆ, ਬਾਕੀ ਤੁਹਾਡੀ ਮਰਜ਼ੀ ਹੈ। ਜੇ ਨਹੀਂ ਚਵਾਈ ਕਰਨੀ ਉਹ ਤੁਹਾਡੀ ਮਰਜ਼ੀ ਹੈ, ਮੇਰੇ ਵੱਲੋਂ ਭਾਵਾਂ ਧਾਰਾ ਮਾਰ ਕੇ ਲੈ ਜਾਓ, ਮੇਰੇ ਵੱਲੋਂ ਭਾਵਾਂ ਘਰ ਬੈਠੇ ਔਨਲਾਈਨ ਮੰਗਾ ਲਿਓ, ਪਰ ਮੇਰਾ ਫਰਜ਼ ਬਣਦਾ ਸਹੀ ਕਹਿਣ ਦਾ ਕਿ ਭਾਈ ਚੋ ਕੇ ਲੈ ਜਾ ਕਰੋ, ਬਾਕੀ ਤੁਹਾਡੀ ਮਰਜ਼ੀ ਹੈ। 3 ਨੰਬਰ 'ਤੇ ਆਇਆ ਸਰ ਨੇ? 3 ਨੰਬਰ ਦਾ ਭਾਈ ਦੂਜਾ ਸੂ ਆਇਆ, ਭਾਈ ਫਾਰਮ ਚੋੜੀ ਗਿਆ। ਠੀਕ ਹੈ। ਅਤੇ ਪਹਿਲੇ ਸੂਏ ਸੀਗਾ ਇਹਦੇ ਥੱਲੇ 16-17 ਕਿਲੋ ਦੁੱਧ। ਠੀਕ ਹੈ। ਦਿਨ ਕਿੰਨੇ ਲੈ ਜੂ? ਆਪਾਂ ਲੈ ਜੂਗੀ
ਜਾਇਜ਼ ਜਾ ਮੁੱਲ ਜਾਇਜ਼ 65,000 ਰੁਪਈਆ ਮੁੱਲ ਮਾਨਤਾਨ ਕਰਦੇ ਆ ਕੱਢੀ ਬਾਰ ਠੰਡੀ ਠੰਡੀ ਬਹੁਤ ਆ ਹਫਤੇ ਦੀ ਕੱਚੀ ਆ ਫਾਰਮ ਚੋਂ ਬਾਈ ਕਹਿੰਦਾ ਵੈਡ ਲਈ ਆਪਾਂ ਕੱਢੀ ਬਾਰ ਨੂੰ ਆ ਦੋਸਤੋ 3 ਨੰਬਰ ਫੁੱਲ ਵੱਡੀ ਵੈਡ ਹੈ ਸੋਹਣਾ ਬੋਡੀ ਸਟਰਕਚਰ ਹੈ ਖੁੱਲ੍ਹ ਡੁੱਲੇ ਅੰਗਾਂ ਪੈਰਾਂ ਦੀ ਆ 17-18 ਕਿਲੋ ਦੁੱਧ 16-17 ਕਿਲੋ ਦੁੱਧ ਬਾਈ ਦੱਸਦਾ ਕਿ ਪਹਿਲਾਂ ਨੇ ਦਿੱਤਾ ਦੂਜੇ ਸੂਹੇ ਸੂੰਦੀ ਆ ਕੱਦ ਵੱਡਾ ਵਜਨ ਬਹੁਤ ਹੈ ਇੱਕ ਹਫ਼ਤੇ ਦੀ ਕੱਚੀ ਆ ਮੁੱਲ ਦਾ 65,000 ਦੀ ਬਾਈ ਕਹਿੰਦਾ ਦੇ ਦੇਣੀ ਆ ਮੌਕੇ 'ਤੇ ਮਾਨਤਾਨ ਹੋ ਜੂ ਥੋੜ੍ਹਾ ਘਣਾ ਹਵਾਨਾ ਸੋਹਣਾ ਠੋਸ ਨਿੱਗਰ ਹੈ ਸਾਈਡਾਂ 'ਚ ਵਾਲ ਢਿੱਲ ਹਜੇ ਕਾਫ਼ੀ ਬਾਕੀ ਆ ਬਾਕੀ ਦਿਨ ਕਰ ਮਾਲੀ ਨੇ ਲੈ ਜਾਣੇ ਆ ਹਜੇ 6-7 ਦਿਨ ਬਾਈ ਕਹਿੰਦਾ ਪਏ ਆ 5-7 ਦਿਨ ਅਗਲਾ ਵਧੀਆ ਸੇਵਾ ਸੰਭਾਲ ਗੌਰ ਕੇਅਰ ਕਰ ਲੈਂਦਾ ਸੋਹਣਾ ਹਵਾਨਾ ਤਿਆਰ ਕਰਕੇ ਸੂਹ ਠੰਡੀ ਸੀਲ ਪੂਰੀ ਆ ਥਾਣ ਪੂਰਾ ਚੰਗਾ ਮੱਝ ਵਾਲਾ ਮੋਟਾ ਹੱਦੀ ਚਵਾਈ ਵਾਲਾ ਜਾਨ ਵਾਲਾ ਥਾਣ ਆ ਰੁਗ ਰੁਗ ਦੇ ਥਾਣ ਆ ਫੁੱਲ ਵੱਡੀ ਵੈੜ ਬਦਾਮੀ ਰੰਗ ਦੀ ਦੋਸਤੋ ਜੀ ਆਪਾਂ ਧਾ ਕੇ ਐਡੀ ਵੈੜ ਲੈਣੀ ਹੋਵੇ ਛੇਤੀ ਮਿਲਦੀ ਨਹੀਂ ਨਿੱਕੀਆਂ ਨਿੱਕੀਆਂ ਜਰਸੀਆਂ ਜੀਆਂ ਤਾਂ ਬਹੁਤ ਮਿਲੀ ਜਾਂਦੀਆਂ ਪਰ ਬਦਾਮੀ ਰੰਗ ਦੀ ਐਡੀ ਵੱਡੀ ਵੈੜ ਦੋਸਤੋ ਕੋਈ ਟਾਵੇਂ ਨਾ ਗਈ ਆ ਹਫ਼ਤੇ ਦੀ ਕੱਚੀ ਆ ਕਈ ਤਾਂ ਲਾਸਟ 'ਤੇ ਜਰਸੀ ਰਹਿ ਗਈ ਆ ਇੱਕ ਬਾਈ ਕੋਲ ਹੋਰ ਤੋਕੜ ਗੱਭਣ ਮੱਝ ਹੈ ਜੇ ਕਿਸੇ ਨੇ ਉਹ ਤੋਕੜ ਗੱਭਣ ਮੱਝ ਲੈਣੀ ਹੋਵੇ ਤਾਂ ਵੀ ਆ ਸਕਦੇ ਇਹਦਾ ਕਿੰਨਵਾਂ ਸੂਆ ਇਹਦਾ ਪਹਿਲਾ ਸੂਆ ਹਾਂ 4 ਕਿਲੋ ਦੁੱਧ 6 ਮਹੀਨੇ ਦੀ ਗੱਭਣ ਪਹਿਲਾ ਸੂਆ 4 ਕਿਲੋ ਦੁੱਧ 6 ਮਹੀਨੇ ਦੀ ਗੱਭਣ ਮੁੱਲ ਛੋਟਾ ਜਿਹਾ ਮੁੱਲ ਇਹਦਾ 22,000 ਦੀ ਦੇ ਦੇਣੀ ਤੂੰ ਤਾਂ ਸੱਚੀ ਛੋਟਾ ਹੀ ਕਰਦਾ ਛੋਟਾ ਮੈਂ ਕਰਦਾ ਤੂੰ ਘਾਟਾ ਤਾਂ ਨਹੀਂ ਪੈਂਦਾ ਕਿਤੇ ਕੋਈ ਨਹੀਂ ਘਾਟੇ ਵਾਧੇ ਨਾਲ ਹੀ ਹੈ ਤਾਂ ਚੱਲੀ ਜਾਣੇ ਚੱਲ ਫਿਰ ਠੀਕ ਹੈ ਦੋਸਤੋ 22,000 ਦੀ ਬਾਈ ਕਹਿੰਦਾ ਦੇ ਦੇਣੀ ਹੈ ਮੈਂ ਤਾਂ ਊਂ ਕਿਹਾ ਸੀ ਕਿਤੇ ਬਾਹਲਾ ਮੁੱਲ ਨਾ ਕਰ ਲੇ ਬਾਈ ਨੇ ਤਾਂ ਜਮਾਂ ਜਾਇਜ਼ ਹੀ ਮੁੱਲ ਕੀਤਾ 22,000 6 ਮਹੀਨੇ ਦੀ ਗੱਭਣ ਹੈ 4 ਕਿਲੋ ਦੁੱਧ ਹੈ ਜਰਸੀ ਨਸਲ ਦੀ ਵੱਛੀ ਹੈ ਸੀਲ ਸਾਊ ਪੂਰੀ ਹੈ ਬਾਕੀ ਸੂਈ ਸਵਾਈ ਹੈਗੀ ਅਗਲਾ 2 ਟਾਈਮ ਭਾਵੇਂ 4 ਟਾਈਮ ਚੋ ਕੇ ਲੈ ਜੇ 22,000 ਚੋਂ ਬਾਈ ਛੋੜ ਕਰ ਦੂਗਾ ਬਾਕੀ ਤੁਸੀਂ ਬਾਈ ਨਾਲ ਫੋਨ 'ਤੇ ਗੱਲਬਾਤ ਕਰ ਲਿਓ ਮੁੱਲ ਜਾਇਜ਼ ਹੀ ਕੀਤਾ ਹੁਣ ਵੇਖ ਲਿਓ ਬਾਈ ਛੋੜ ਕਰਦਾ ਕਿ ਨਹੀਂ ਕਰਦਾ ਬਾਈ ਨਾਲ ਗੱਲਬਾਤ ਕਰ ਲਿਓ ਪਹਿਲਾ ਸੂਆ 6 ਮਹੀਨੇ ਦੀ ਗੱਭਣ 4 ਕਿਲੋ ਦੁੱਧ ਹੈ 22,000 ਦੀ ਦੇ ਦੇਣੀ ਹੈ ਕਿੱਧਰ ਤੋਕੜ ਗੱਭਣ ਚੈੱਕ ਪਾਸ ਮੱਝ ਖੜੀ ਆ ਆ ਬੈਠੀ ਆ ਕਿੰਨੇ ਚਿਰ ਦੀ ਗੱਭਣ ਹੈ 3.5 ਮਹੀਨੇ ਦੀ ਗੱਭਣ ਮਗਰ ਕੱਟਾ ਤੇ 5 ਲੀਟਰ ਤਿਆਰ ਕੰਡੇ ਵਾਲਾ ਦੁੱਧ ਆ ਮੁੱਲ ਮੁੱਲ ਇਹਦਾ 60,000 ਦੀ ਦੇ ਦੇਣੀ ਆ 5 ਕਿਲੋ ਦੁੱਧ ਹੈ ਮਗਰ ਕੱਟਾ ਕਿੰਨੇ ਚਿਰ ਦੀ ਗੱਭਣ ਦੱਸਿਆ 3.5 ਮਹੀਨੇ ਦੀ ਗੱਭਣ ਜਿਹਦੇ ਪਸੰਦ ਆਊਗੀ ਅਗਲਾ ਆਪਦਾ ਚੈੱਕ ਕਰਾ ਕੇ ਲੈ ਜੇ ਨਾਲੇ ਦੁੱਧ ਹੈਗਾ ਉਹ 2 ਟਾਈਮ ਚੋ ਕੇ ਵੇਖ ਲਿਆ ਅਗਲਾ ਇਹ 5 ਪਸ਼ੂ ਸੇਲ ਹੈ ਫੋਨ ਨੰਬਰ ਸਕਰੀਨ 'ਤੇ ਬਿਲਕੁਲ ਸਸਤੇ ਮੁੱਲ ਦੇ ਛੋਟੇ ਭਾਅ ਦੇ 5 ਨਾਗ ਹੈ ਜਿਹਦੇ ਜਿਹੜਾ ਵੀ ਨਾਗ ਪਸੰਦ ਆਉਂਦਾ ਦਿੱਤੇ ਹੋਏ ਨੰਬਰਾਂ 'ਤੇ ਸੰਪਰਕ ਕਰ ਲਿਓ ਫੋਨ ਨੰਬਰ ਸਕਰੀਨ 'ਤੇ ਚੱਲੀ ਜਾਂਦਾ ਲਾਸਟ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਲਦ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ